दाता जी मेहर करो प्रकाशमान होके संतान खुले दर्शन दीदार बख्शो सच्चे पातशाह मेहर करो दाता जी जन नाम तिहारो कहा दार दुष्टोक ते रहा बड़ खेत में सरन तिहारी शौकिया चंदे भूगे छुको छुप अथा तरन का जयकार बोलना जी करम धर्म पाखंड जो दिसे तिन जम जागाती लूटे निर्वाण कीर्तन गावो करते का निमक सिमरत जित छूटे संतो सागर पार उतरिए जेको बचन कमावे संतन का सो गुर प्रसादी तरिए रहाओ हरे अमृत पिन्ने लोयणा मन प्रेम रतन राम राजे मन राम कसवटी लाया सहाय खालसा जी के बोल बाले बोलो जी विशुद संतो सागर पार उतरिए असी इस सागर रूपी जीवन नो असी किस तरह उतार सकते हाँ कि जे को बचन कमावे संतन का सो गुर प्रसादी तरिए सो वी शुड लिसन टू द बचन्स ऑफ संत एंड गुरु जी एंड देन ओनली गुरुज मेयर विल कम ऑन अस एंड वी शुड डू द कीर्तन विथ आर थॉट्स कीप हिम इन आर माइंड एंड प्रेज हिम ऑल द टाइम इन योर माइंड एंड टू संगत एंड सात संगत विच बैठ के कीर्तन सुनना वाणी सुनना उसते अमल करना यही साडा करम है यही बाबा जी का हुक्म है वाहेगुरु जी का खालसा वाहेगुरु जी की फतेह प्रभ कैसे मन काल पर हरै प्रभ सिमरत कर बिगर न लागै संत के दुख शोभा ते हीन संत के हते को रखे न कोए संत के दुख थान वस्तु होए संत कृपाल कृपा जय करे नानक संत संग निंदक भी तरे संत के दुखन ते मुक्त जय जय शब्द अनाहद वाजे संत करे पर गाजे प्रगटे गोपाल महांत के माथे नानक उदरे तिनके साथे सरन जोग सुन सरनी आए कर के पाप प्रभु आ मिलाए नानक दास
ਜਨਰਲੀ ਲੇਡੀਜ਼ ਨੂੰ ਹਮੇਸ਼ਾ ਕਿਹਾ ਜਾਂਦਾ ਠੀਕ ਹੈ ਜੋ ਵੱਡਾ ਕੰਮ ਹੈ ਸਾਰੇ ਜੈਂਟਸ ਕਰਨਗੇ, ਉਹ ਅਸੀਂ ਸਾਰੇ ਇਸ ਚੀਜ਼ ਨੂੰ ਨਹੀਂ ਮੰਨਦੇ, ਸਾਨੂੰ ਅੱਛਾ ਨਹੀਂ ਲੱਗਦਾ ਹੈ ਕਿ ਨਹੀਂ? ਹਾਂਜੀ ਬੋਲੋ। ਸੋ ਸਿੱਖਿਜ਼ਮ ਵਾਜ਼ ਅਮੰਗਸਟ ਦ ਫਸਟ ਮੇਜਰ ਰਿਲੀਜਨਸ ਟੂ ਇੰਪਲਾਈ ਵਿਮੈਨ ਵਰ ਇਕੁਅਲ ਟੂ ਮੈਨ ਐਟ ਅ ਟਾਈਮ ਵੈਨ ਵਿਮੈਨ ਵਰ ਕਰਸਡ ਐਂਡ ਕੰਡੈਮਡ। ਤੁਹਾਨੂੰ ਪਤਾ ਕਾਫੀ ਸਾਲ ਪਹਿਲੇ ਵਿਮੈਨ ਦੀ ਕੋਈ ਅਹਿਮੀਅਤ ਹੀ ਨਹੀਂ ਹੁੰਦੀ ਸੀ, ਪਰ ਗੁਰੂ ਨਾਨਕ ਦੇਵ ਜੀ ਸਨ ਜਿਨ੍ਹਾਂ ਨੇ ਪਹਿਲੇ ਕਿਹਾ ਕਿ ਫਰੋਮ ਦ ਵਿਮੈਨ ਆਰ ਬੋਰਨ ਲੀਡਰਸ ਐਂਡ ਕਿੰਗਸ। ਜਿਸ ਤਰ੍ਹਾਂ ਸਾਨੂੰ ਪਤਾ ਉਹਨਾਂ ਨੇ ਸ਼ਬਦ ਵੀ ਬੋਲਿਆ ਸੀ, ਸੋ ਕਿਉਂ ਮੰਦਾ ਆਖੀਏ ਜਿਤ ਜੰਮੇ ਰਾਜਾਨ। ਸੋ ਜਦੋਂ ਇੰਨਾ ਸਾਨੂੰ ਮਹਾਨ ਸਾਨੂੰ ਦਿੱਤੀ ਹੈ ਇੰਪੋਰਟੈਂਸ, ਸਾਨੂੰ ਕੌਰ ਬਣਾਇਆ ਗਿਆ ਵਿਚ ਇਜ਼ ਅ ਪ੍ਰਿੰਸੈਸ, ਫਿਰ ਵੀ ਅਸੀਂ ਲੋਕ ਪਿੱਛੇ ਕਿਉਂ ਰਹਿੰਦੇ ਹਾਂ? ਸਾਨੂੰ ਉਪਰਾਲਾ ਕਰਨਾ ਪੈਂਦਾ, ਵੀ ਮਸਟ ਵਾਕ ਟੂਗੈਦਰ ਵਿਦ ਦ ਮੈਨ, ਵੀ ਆਰ ਨੋਟ ਬਿਹਾਈਂਡ। ਔਰ ਇਹ ਚੀਜ਼ ਅਸੀਂ ਕਹਿਣਾ ਚਾਹੁੰਦੇ ਹਾਂ। ਔਰ ਸਿੱਖ ਇਤਿਹਾਸ ਵਿੱਚ ਬਹੁਤ ਮਹਾਨ ਬੀਬੀਆਂ ਹਨ ਜਿਨ੍ਹਾਂ ਦੇ ਨਾਮ ਇੱਥੇ ਹਿਸਟਰੀ ਵਿੱਚ ਲਿਖੇ ਹੋਏ ਹਨ। ਲੋਟਸ ਆਫ ਫੇਮਸ ਵਿਮੈਨ ਆਰ ਦੇਅਰ ਇਨ ਸਿੱਖ ਹਿਸਟਰੀ। ਪ੍ਰਸਾਦ ਸੋ ਤਰ ਤੇਰਾ ਕਿਹਾ ਸੋ ਕਰਕੇ ਹਾ ਜਿਤ ਪੈ ਸਰਬ ਸੰਭਾਲੇ ਵਾਚੇ ਤੇਰੇ ਨਾਤ ਅਨੇਕ ਅਸੰਖਾ ਕਿਤੇ ਤੇਰੇ ਵਾਵਨ ਹਾਰੇ ਕਿਤੇ ਤੇਰੇ ਰਾਗ ਪਰੀ ਸਿਓ ਕਹੀਏ ਕਿਤੇ ਤੇਰੇ ਗਾਵਨ ਹਾਰੇ ਗਾਵਨ ਤੁਤਨੋ ਪੌਨ ਪਾਨੀ ਪੈ ਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵਨ ਤੁਤਨੋ ਚਿਤ ਕੁਪਤ ਲਿਖ ਜਾਨਨ ਲਿਖ ਲਿਖ ਧਰਮ ਵਿਚਾਰੇ ਗਾਵਨ ਤੁਤਨੋ ਈਸਰ ਬ੍ਰਹਮਾ ਦੇਵੀ ਸੋਹਨ ਤੇਰੇ ਸਦਾ ਸਵਾਰੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਹੇ ਅਕਾਲ ਪੁਰਖ ਵਾਹਿਗੁਰੂ ਜੀਓ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ 'ਤੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਆਪਣੇ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣੇ ਦੇ ਮਾਣ ਸਤਿਗੁਰੂ ਨਿਤਾਣੇ ਦੇ ਤਾਣ ਸਤਿਗੁਰੂ ਨਿਉਟੇ ਦੀ ਓੜ ਸੱਚੇ ਪਿਤਾ ਵਾਹਿਗੁਰੂ ਜੀਓ ਕਰਮ ਧਰਮ ਪਾਖੰਡ ਜੋ ਦਿਸੈ ਤਿਨ ਜਮ ਜਾ ਗਾਤੀ ਲੁਟੈ ਨਿਰਵਾਨ ਕੀਰਤਨ ਗਾਵੋ ਕਰਤੇ ਕਾ ਨਿਮਖ ਸਿਮਰਤ ਜਿਤ ਛੁਟੈ ਆਦੀਆਂ ਸਾਰੀਆਂ ਸੇਵਾਵਾਂ ਸਤਿਕਾਰ ਯੋਗ ਮਾਤਾਵਾਂ ਭੈਣਾਂ ਬੀਬੀਆਂ ਅਤੇ ਬੱਚਿਆਂ ਦੇ ਨਾਲ ਮਿਲ ਕੇ ਕੀਤਾ ਗਿਆ ਹੈ। We are very fortunate to be able to participate and do seva on this day. Aaj de sare din
ਦੇ ਸਮਾਗਮ ਸਿੱਖ ਇਤਿਹਾਸ ਵਿੱਚ ਮਹਾਨ ਬੀਬੀਆਂ ਦੀਆਂ ਸੇਵਾਵਾਂ ਅਤੇ ਉਹਨਾਂ ਦੇ ਯੋਗਦਾਨ ਨੂੰ ਯਾਦ ਕਰਦਿਆਂ ਹੋਇਆਂ ਬੀਬੀਆਂ ਵੱਲੋਂ ਪਹਿਲੀ ਵਾਰ ਜੱਥੇ ਨੂੰ ਬੁਲਾਵਾਂਗੇ ਤਾਂ ਜਿਹੜੇ ਸਾਡੇ ਦੂਜੇ ਦੋ ਜੱਥੇ ਨੇ ਉਹ ਪਲੀਜ਼ ਨਾਲ ਆ ਜਾਣ ਹਰਚਰਨ ਕੌਰ ਜੀ ਦਾ ਜੱਥਾ ਤਾਂ ਰਵਿੰਦਰ ਜੀ ਦਾ ਜੱਥਾ ਸਾਧੂ ਅੰਜਲੀ ਪੁਨ ਵੱਡਾ ਕਰ ਡੰਡੌਤ ਪੁਨ ਵੱਡਾ ਹੀਰਾ ਸਾਖ ਹਰਾ ਸਾਧਾ ਜਾਣਿਆ ਤਿਨਾ ਅੰਤਰ ਹਉ ਮੈਂ ਖੰਡਾਈ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਸਹਿ ਹੋਏ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰਾਓ ਸ੍ਰੀ ਹਰ ਰਾਏ ਸਿਖਾ ਕੀ ਕਾਲ